ਤੇ ਜਿੱਥੇ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ, ਜਿੱਥੇ ਕਿ ਦੇਖਿਆ ਜਾ ਰਿਹਾ ਕਿ ਰਹਿਣ ਦੀ ਜਿਹੜੇ ਲੋਕ ਆਉਂਦੇ ਨੇ ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਕਿੱਥੇ ਜਾ ਕੇ ਰੁਕਾਂਗੇ, ਪਰ ਇੱਕ ਅਜਿਹੀ ਸੰਸਥਾ ਹੈਗੀ ਆ ਬਠਿੰਡੇ ਤੋਂ ਸਾਡੇ ਨਾਲ ਮੌਜੂਦ ਨੇ, ਉਸ ਸੰਸਥਾ ਦੇ ਮੈਂਬਰ, ਔਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਇੱਕ ਰਹਿਣ ਬਸੇਰਾ ਬਣਾ ਰਹੇ ਨੇ, ਕਰੀਬ 100-150 ਇਹਦੇ ਵਿੱਚ ਪਰਿਵਾਰ ਰਹਿ ਸਕਦਾ, ਗੱਲਬਾਤ ਕਰਦੇ ਨੇ। ਕਿੱਥੋਂ ਨੇ ਸਰ? ਸਤਿ ਸ਼੍ਰੀ ਅਕਾਲ ਜੀ ਬਾਬਾ ਜੀ। ਸਤਿ ਸ਼੍ਰੀ ਅਕਾਲ ਜੀ ਬਾਬਾ ਜੀ। ਕਿਹੜੀ ਜਗ੍ਹਾ ਤੋਂ ਆ, ਕੀ ਨਾਮ? ਹਾਂਜੀ, ਅਸੀਂ ਬਠਿੰਡਾ ਤੋਂ, ਸਿਵੀਆਂ ਰੋਡ ਗੈਲਪਤੀ ਬਠਿੰਡਾ। ਔਰ ਜਿਹੜਾ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ, ਬਠਿੰਡਾ ਨਿਵਾਸੀਆਂ ਦੇ ਔਰ NRI ਵੀਰਾਂ ਦੇ ਸਹਿਯੋਗ ਦੇ ਨਾਲ, ਇਹ ਜਿਹੜਾ 100 ਬੰਦੇ ਦਾ ਰਹਿਣ ਬਸੇਰਾ ਇਹ ਤਿਆਰ ਕਰ ਰਹੇ ਹਾਂ, ਜਿਹੜਾ ਸਵੇਰ ਓਪਨ ਹੋ ਜਾਣਾ ਹੈਗਾ ਜੀ। ਹਾਂ, ਅੱਜ ਸ਼ਾਮ ਤੱਕ ਕੰਪਲੀਟ ਹੋ ਜਾਊਗਾ ਜੀ। ਇਹ ਜਿਹੜੇ ਤੁਸੀਂ ਕਰ ਰਹੇ ਹੋ, ਸੇਵਾ ਕਰ ਰਹੇ ਹੋ, ਤੁਹਾਡੀ ਸੰਸਥਾ ਦਾ ਕੀ ਨਾਮ ਆ, ਕਿੰਨੇ ਕੁ ਜਿਹੜਾ ਹੈਗਾ ਲੋਕਾਂ ਦਾ ਇਹਦੇ 'ਚ ਸਹਿਯੋਗ ਹੈਗਾ? ਹਾਂ, ਸਾਡੀ ਸੰਸਥਾ ਦਾ ਵੈਸੇ ਮੈਂ ਗੁਰਮਤ ਦੇ ਨਾਲ ਰਿਲੇਟਡ ਵੀ ਹਾਂ, ਔਰ ਇਹ ਸਾਡੀ ਜਿਹੜੀ ਇੱਕ ਸੋਸ਼ਲ ਸੰਸਥਾ ਜਿਹਦਾ ਨਾਮ ਦਤਾਰ ਐਜੂਕੇਸ਼ਨਲ ਐਂਡ ਇਨਵਾਇਰਮੈਂਟਲ ਟਰੱਸਟ ਆ। ਅਸੀਂ ਬੋਡੀ ਪੱਧਰ 'ਤੇ ਵੈਸੇ ਇਨਵਾਇਰਮੈਂਟ 'ਤੇ ਕੰਮ ਕਰਦੇ, ਜਿੱਦਾਂ ਮਿਆਵਾਕੀ ਟਕਨੀਕ ਦੇ ਨਾਲ ਜੰਗਲ ਲਾਉਣੇ, ਹੋਰ ਦਰਖਤ ਲਾਉਣੇ, ਜਾਂ ਪਾਣੀਆਂ ਦੀ ਸਫਾਈ ਕਰਾਉਣੀ ਨਹਿਰਾਂ ਇਤਾਦਕ ਦੀ, ਜਾਂ ਹੋਰ ਜਿੱਦਾਂ ਰੋਡ ਸਾਫ਼ ਕਰਵਾਉਣੇ, ਇੱਦਾਂ ਦਾ ਸਾਡਾ ਇਨਵਾਇਰਮੈਂਟ 'ਤੇ ਜ਼ਿਆਦਾ ਪ੍ਰੋਜੈਕਟ ਹੈ। ਔਰ ਇਹ ਅੰਦੋਲਨ ਦੇ ਵਿੱਚ ਅਸੀਂ ਪਹਿਲਾਂ ਸੇਵਾ ਸਫਾਈ ਤੋਂ ਸ਼ੁਰੂ ਕਰੀ ਸੀ, ਪੋਲੀਥੀਨ ਆਪਦੇ ਲਿਆ ਕੇ ਜਿਹੜਾ ਡਿਸਪੋਜ਼ਲ ਦੇ ਲਈ ਕੈਰੀ ਕਰਨ ਦੇ ਲਈ ਅਸੀਂ ਮੁਹਿੰਮ ਸ਼ੁਰੂ ਕਰੀ ਸੀ, ਅਤੇ ਉਸ ਤੋਂ ਬਾਅਦ ਲੋੜ ਅਨੁਸਾਰ ਦੇਖਿਆ ਵੀ ਜਦੋਂ ਇੱਥੇ ਕਈ ਵੀਰ ਜਿਹੜੇ ਆਪਣੀਆਂ ਫੈਮਲੀਆਂ ਨੂੰ ਲੈ ਕੇ ਕਾਰਾਂ 'ਤੇ ਆਉਂਦੇ ਆ, ਉਹਨਾਂ ਕੋਲ ਪ੍ਰੋਪਰ ਪ੍ਰਬੰਧ ਨਹੀਂ ਹੁੰਦਾ, ਕਿਉਂਕਿ ਟਰਾਲੀ ਵਾਲੇ ਕੋਲ ਤਾਂ ਆਪਣੇ ਬਿਸਤਰੇ ਵਗੈਰਾ ਹੁੰਦੇ ਆ, ਔਰ ਇਹਦੇ ਵਿੱਚ ਜਿਹੜਾ ਕਾਰ ਵਗੈਰਾ 'ਤੇ ਆਉਂਦੇ ਉਹਨਾਂ ਕੋਲ ਨਹੀਂ ਪ੍ਰਬੰਧ ਹੁੰਦਾ। ਉਹਦੇ ਲਈ ਅਸੀਂ ਇਹ ਜਿਹੜਾ ਇੱਕ ਕੰਪਲੀਟ 100 ਬੈੱਡ ਦਾ ਜਿਹੜਾ ਇਹ ਅਸੀਂ ਤਿਆਰ ਕਰ ਰਹੇ ਹਾਂ, 100 ਬਿਸਤਰੇ ਦਾ ਇੱਕ ਟੈਂਟ ਹੈ ਜਿਹੜਾ ਇਹ ਤਿਆਰ ਕਰ ਰਿਹਾ ਰਹਿਣ ਬਸੇਰਾ ਜੀ। ਹਾਂਜੀ, ਇਹਦੇ ਵਿੱਚ ਫੈਮਿਲੀ ਨੂੰ ਦਿੱਤਾ ਜਾਊਗਾ ਜਾਂ ਕੋਈ ਹਰੇਕ ਅਲੱਗ ਵਿਅਕਤੀ ਵੀ ਚਾਹੇ ਕੋਈ ਹੁੰਦਾ ਉਹਨੂੰ ਵੀ? ਨਾ ਨਾ, ਇਹ ਤਾਂ ਕੋਈ ਇਹਦਾ ਇਸ ਤਰ੍ਹਾਂ ਦਾ ਮਟੀਰੀਆ ਨਹੀਂ ਹੈ ਜੀ, ਇਹਦੇ ਵਿੱਚ ਲੇਡੀਜ਼ ਵੀ ਰਹਿ ਸਕਦਾ। ਲੇਡੀਜ਼ ਵਾਸਤੇ ਅਸੀਂ ਅੱਡ ਪਾਰਟ ਕੀਤਾ ਹੋਇਆ ਜੀ, ਉਹਦੇ 'ਚ ਇਹਦੇ 'ਚ 100 ਦੇ ਵਿੱਚੋਂ 30 ਬੈੱਡ ਅਸੀਂ ਲੇਡੀਜ਼ ਵਾਸਤੇ ਰਿਜ਼ਰਵ ਕੀਤੇ ਨੇ, ਉਹਦੇ ਵਿੱਚ ਪਾਰਟੀਸ਼ਨ ਕੀਤਾ ਜਾਏਗਾ। ਹਾਂ, ਪਾਰਟੀਸ਼ਨ ਕੀਤਾ ਜਾਏਗਾ, ਸਵੇਰ ਓਪਨ ਕਰ ਦਿੱਤਾ ਜਾਏਗਾ। ਹੋਰ ਕਿਹੜੀਆਂ ਕਿਹੜੀਆਂ ਸਹੂਲਤਾਂ ਜਿਹੜੀਆਂ ਅਸੀਂ ਟੈਂਟ ਦੇ ਵਿੱਚ ਮਿਲ ਸਕਦੀਆਂ ਨੇ? ਨਹੀਂ, ਅਸੀਂ ਪ੍ਰੋਪਰ ਜਿਹੜੀ ਆਪਾਂ ਨੂੰ ਜਿੱਦਾਂ ਸਹੂਲਤ ਰਹਿਣ ਲਈ ਚਾਹੀਦੀ ਹੈ ਉਹਦਾ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਜਿੱਦਾਂ ਇਹਦੇ ਵਿੱਚ ਅੱਗ ਬੁਝਾਊ ਯੰਤਰ ਜਿਹੜੇ ਹੁੰਦੇ ਆਪਣੇ ਲੋੜੀ ਦੇ ਸਾਧਨਾਂ, ਉਸ ਤਰ੍ਹਾਂ ਦੇ ਵੀ ਮੁਹੱਈਆ ਕਰਵਾਏ ਆ, ਇਨਵੈਂਟਰ ਦਾ ਪ੍ਰਬੰਧ ਆ, ਜਨਰੇਟਰ ਦਾ ਪ੍ਰਬੰਧ ਆ, ਮੋਬਾਈਲ ਚਾਰਜਿੰਗ ਦਾ ਜਿਹੜਾ ਸਿਸਟਮ ਆ ਉਹ ਪ੍ਰੋਪਰ ਹੋਊਗਾ, ਇਸ ਤਰ੍ਹਾਂ ਦੇ ਪ੍ਰਬੰਧ ਹੋ ਸਕਦਾ। ਕੋਸ਼ਿਸ਼ ਕਰਾਂਗੇ ਵੀ ਜੇ ਇੱਥੋਂ ਨੇੜੇ ਕਨੈਕਸ਼ਨ ਮਿਲ ਗਿਆ, ਵਾਈਫਾਈ ਦੀ ਵੀ ਸਹੂਲਤ ਇਹਦੇ ਵਿੱਚ ਪ੍ਰੋਵਾਈਡ ਕਰਵਾਈਏ ਜੀ। ਜਿਸ ਤਰ੍ਹਾਂ ਕਿ ਦੇਖਿਆ ਕਿ ਜਿਵੇਂ ਹੁਣ ਆਪਣੇ ਟੈਂਟ ਲੱਗਣੇ, ਕਈ ਸ਼ਰਾਰਤੀ ਅੰਸਰ ਵੀ ਸ਼ਰਾਰਤ ਵੀ ਕਰ ਜਾਂਦੇ ਨੇ, ਉਹਦੇ ਲਈ ਕੀ? ਨਹੀਂ, ਉਹਦੇ ਵਾਸਤੇ ਸਾਡੇ ਲਈ ਇਹ ਆ, ਸਾਡੇ ਇਹਦੇ 'ਚ ਟੋਕਨ ਸਿਸਟਮ ਹੈ। ਅੱਛਾ ਜੀ। ਪ੍ਰੋਪਰ ਉਹਦੀ ID ਜਿਹੜੀ ਆਈਡੈਂਟੀ ਆ ਉਹ ਰਾਈਟ ਕੀਤੀ ਜਾਊਗੀ, ਆਈਡੈਂਟੀ ਦਾ ਰਿਕਾਰਡ ਰੱਖਿਆ ਜਾਊਗਾ ਵੀ ਕਿਹੜਾ ਬੰਦਾ ਕਿਹੜੀ ਨਾਈਟ ਕੱਟ ਕੇ ਗਿਆ, ਤਾਂ ਪੂਰਾ ਜਿਹੜਾ ਰਜਿਸਟਰ ਇੱਕ ਮੇਨਟੇਨ ਹੋਊਗਾ ਜੀ, ਅਤੇ ਇਸ ਉਹਦੇ ਨਾਲ ਇਹ ਸਾਰਾ ਮੇਨਟੇਨ ਕਰਾਂਗੇ ਉੱਦਾਂ, ਕਿਉਂਕਿ ਹਰ ਬੰਦੇ ਦੀ ਜੋ ਵੀ ਰਹਿਣ ਵਾਲਾ ਮਾਈ ਲੇਡੀਜ਼ ਆ ਜਾਂ ਜੈਂਟਸ ਆ, ਉਹਦੀ ਆਈਡੈਂਟੀ ਦਾ ਜਿਹੜਾ ਪਰੂਫ ਆ ਉਹਦਾ ਆਈਡੈਂਟੀਫਾਈ ਕੀ ਕਰਕੇ ਰੱਖਿਆ ਜਾਊਗਾ ਜੀ। ਜੀ ਹਾਂਜੀ ਹਾਂਜੀ, ਥੈਂਕ ਯੂ, ਧੰਨਵਾਦ ਜੀ। ਸੋ ਇਹ ਸਨ ਬਾਬਾ ਜੀ ਜਿਨ੍ਹਾਂ ਨੇ ਦੱਸਿਆ ਕਿ ਸਾਡੀ ਜਿਹੜੀ ਸੰਸਥਾ ਵਾ ਉਹਨਾਂ ਵੱਲੋਂ ਇਹ ਜਿਹੜਾ ਹੈਗਾ 100-125-150 ਪਰਿਵਾਰ ਦੇ ਜਿਹੜਾ ਹੈਗਾ ਰਹਿਣ ਬਸੇਰਾ ਬਣਾਇਆ ਜਾ ਰਿਹਾ। ਅਸੀਂ ਦਿਖਾਵਾਂਗੇ ਕਿ ਕਿੱਦਾਂ ਪ੍ਰਬੰਧ ਕੀਤਾ ਇਹਨਾਂ ਨੇ, ਜਿਹੜੇ ਮੈਟ ਲਿਆ ਕੇ ਰੱਖੇ ਹੋਏ ਨੇ, ਅੱਜ ਇਹਦੀ ਤਿਆਰੀ ਕੀਤੀ ਜਾ ਰਹੀ ਹੈ, ਜਿਹੜਾ ਕੱਲ੍ਹ ਤੱਕ ਪੂਰਾ ਤਿਆਰ ਹੋ ਜਾਵੇਗਾ। ਔਰ ਬਾਬਾ ਜੀ ਨੇ ਇੱਥੇ ਇੱਕ ਹੋਰ ਬਹੁਤ ਵੱਡੀ ਗੱਲ ਦੱਸੀ ਆ ਕਿ ਰਹਿਣ ਵਾਸਤੇ ਜਿਹੜਾ ਲੇਡੀਜ਼ ਲਈ ਜਿਹੜਾ ਅਲੱਗ ਪਾਰਟੀਸ਼ਨ ਕੀਤਾ ਜਾਏਗਾ ਅਤੇ ਜੈਂਟਸ ਲਈ ਅਲੱਗ ਹੋਏਗਾ, ਔਰ ਵਾਈਫਾਈ ਦੀ ਵੀ ਜੇ ਉਹਨਾਂ ਨੇ ਕਿਹਾ ਕਿ ਸਾਨੂੰ ਬਿਜਲੀ ਦਾ ਕਨੈਕਸ਼ਨ ਮਿਲਦਾ ਤਾਂ ਵਾਈਫਾਈ ਦਾ ਪ੍ਰਬੰਧ ਵੀ ਕੀਤਾ ਜਾਵੇਗਾ, ਤਾਂ ਜੋ ਆਉਣ ਵਾਲੇ ਕਿਸੇ ਵੀ ਮੁਸਾਫਰ ਨੂੰ ਇਸ ਕਿਤੇ ਵੀ ਕਿਸੇ ਵੀ ਮੁਸ਼ਕਲ ਦਾ ਜਿਹੜਾ ਸਾਹਮਣਾ ਨਾ ਕਰਨਾ ਪਵੇ।